But I... ਤੁਹਾਡਾ ਨਾਮ ਜੀ ਕਾਂਸਟੇਬਲ ਸੁਖਮਨ ਸਿੰਘ ਸੁਖਮਨ ਕਿਸ ਤਰ੍ਹਾਂ ਤੁਹਾਨੂੰ ਪੈਸੇ ਮਿਲੇ ਔਰ ਕਿਹਦੇ ਫਸੇ ਸੀ ਕਿਵੇਂ ਲੁਟਾਏ ਤੁਸੀਂ ਇਹ ਦੱਸੋ ਮੇਰੀ ਡਿਊਟੀ ਆਪਣੇ ਡੀਸੀ ਸਾਹਿਬ ਨਾਲ ਆਈ ਅਸੀਂ ਉੱਥੇ ਟੀਮ ਤੇ ਡਿਊਟੀ ਕਰ ਰਹੇ ਸੀਗੇ ਮੈਂ ਬਾਹਰ ਨਿਕਲਿਆ ਕੋਠੀ ਦੇ ਦੁਆਰ ਦੇ ਨਾਲ ਇੱਕ ਬੈਗ ਪਿਆ ਸੀਗਾ ਉੱਥੇ ਹੋਰ ਸਿਵਲਨ ਵੀ ਲੰਘ ਰਹੇ ਸੀ ਪਰ ਉਹ ਮੈਨੂੰ ਹੱਥ ਨਹੀਂ ਸੀ ਪਾ ਰਹੇ ਮੈਂ ਦੇਖਿਆ ਦੇ ਵਿੱਚ ਜੋ ਖੋਲਿਆ ਪੈਸੇ ਸੀਗੇ ਇੱਕ ਜਰਸੀ ਸੀਗੀ ਮੈਂ ਅੰਦਰ ਜਾ ਕੇ ਦੇਖਿਆ ਵਿੱਚ ਕੋਈ ਹੋਰ ਆਈ ਡੀ ਪਰੂਫ ਹੈ ਨਹੀਂ ਸੀਗਾ ਉਸ ਤੋਂ ਬਾਅਦ ਮੈਂ ਇਹ ਬੈਗ ਦੀ ਫੋਟੋ ਖਿੱਚ ਕੇ ਵਟਸਐਪ ਤੇ ਵੀ ਪਾਈ ਪਰ ਸਾਰਾ ਦਿਨ ਦੇਖ ਕੇ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਂ ਡੀਸੀ ਸਾਹਿਬ ਨੂੰ ਦੇ ਦੱਸਿਆ ਉਹਨਾਂ ਨੇ ਆਪਣੇ ਸਿਵਲ ਲਾਈਨ ਥਾਣੇ 'ਚ ਨੋਟ ਕਰਵਾਇਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਸੰਜੀਵ ਕੁਮਾਰ ਹੌਲਦਾਰ ਜੀ ਉਹਨੂੰ ਭੇਜਿਆ ਅਤੇ ਇਹਨਾਂ ਦੇ ਫਿਰ ਸਪੁਰਦ ਕੀਤੇ ਸ਼ਾਮ ਨੂੰ ਤੁਸੀਂ ਉਹਨੂੰ ਪੈਸੇ ਵਾਪਸ ਉਠਾਏ ਕਿੰਨਾ ਮਾਣ ਹੋ ਰਿਹਾ ਤੁਹਾਨੂੰ ਆਪਣੇ ਆਪ ਤੋਂ ਵੈਸੇ ਤਾਂ ਸਾਡੀ ਡਿਊਟੀ ਹੈ ਜੀ ਅਤੇ ਪਰ ਹੁਣ ਇਹ ਭਲਾ ਕੰਮ ਕੀਤਾ ਬਹੁਤ ਵਧੀਆ ਲੱਗ ਰਿਹਾ ਕੋਈ ਰਜਿਸਟਰੀ ਕਰਾਉਣ ਆਇਆ ਸੀ ਉਹਦਾ ਇੱਕ ਬੈਗ ਜਿਸ ਦੇ ਵਿੱਚ 1,40,000 ਰੁਪਏ ਸੀਗੇ ਮਿਸਪਲੇਸ ਹੋ ਗਿਆ ਸੀਗਾ ਅਤੇ ਉਹ ਅਸੀਂ ਕਾਫੀ ਭਾਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੇ ਪਰ ਰਾਤੀਂ ਮੈਨੂੰ ਡੀ ਸੀ ਸਾਹਿਬ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਜਿਹੜਾ ਸੰਤਰੀ ਗਾਰ 'ਤੇ ਹੈ ਕਾਂਸਟੇਬਲ ਸੁਖਮਨ ਸਿੰਘ 454 ਇਸ ਨੂੰ ਉਹਨਾਂ ਦੇ ਕੋਠੀ ਦੇ ਸਾਹਮਣੇ ਇੱਕ ਬੈਗ ਮਿਲਿਆ ਜਿਸ ਦੇ ਵਿੱਚ 1,40,000 ਰੁਪਏ ਹਨ ਤਾਂ ਡੀ ਸੀ ਸਾਹਿਬ ਨੂੰ ਮੈਂ ਦੱਸਿਆ ਕਿ ਇਹ ਸਾਡੇ ਇਲਾਕੇ 'ਚ ਹੀ ਬੈਗ ਮਿਸਪਲੇਸ ਹੋਇਆ ਅਤੇ ਉਹ ਬੈਗ ਉਹਨਾਂ ਨੇ ਮੈਨੂੰ ਸਪੁਰਦ ਕਰਤਾ ਅਤੇ ਸਾਡੇ ਕਾਂਸਟੇਬਲ ਸੁਖਮਨ ਸਿੰਘ ਨੇ ਇਹ ਬਹੁਤ ਹੀ ਵਧੀਆ ਇਮਾਨਦਾਰੀ ਦਾ ਸਬੂਤ ਦਿੱਤਾ ਉਹ ਬੜੇ ਗਰੀਬ ਬੰਦੇ ਸੀ ਜਿਨ੍ਹਾਂ ਦਾ ਇਹ ਪੇਮੈਂਟ ਮਿਸਪਲੇਸ ਹੋਈ ਸੀ ਅਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਉਹਨਾਂ ਨੂੰ ਅੱਜ ਅਸੀਂ ਵਾਪਸ ਦੇ ਰਹੇ ਹਾਂ ਪੈਸੇ ਉਹਨਾਂ ਨੂੰ ਬੁਲਾਇਆ ਉਹ ਹੁਣੇ ਜਲਦੀ ਆ ਰਿਹਾ ਇੱਥੇ ਹਾਂ ਬਿਲਕੁਲ ਮੇਰੀ ਐਸ ਐਸ ਪੀ ਸਾਹਿਬ ਨਾਲ ਮੈਂ ਗੱਲ ਕਰ ਰਿਹਾ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਮੈਂ ਲਿਖ ਕੇ ਭੇਜ ਰਿਹਾ ਅਤੇ ਉਹ ਇਸ ਨੂੰ ਉਸਦੀ ਜਿਹੜੀ ਬਣਦਾ ਹੈਗਾ ਇਨਾਮ ਜ਼ਰੂਰ ਦਿੱਤਾ ਜਾਊਗਾ